ਕੋਈ ਪ੍ਰੋਡਿਊਸਰ ਮੇਰੀ ਗੱਲ ਦਾ ਗੁੱਸਾ ਨਾ ਕਰੇ, ਬਟ ਦਿਸ ਇਜ਼ ਦ ਸੈਡੈਸਟ ਰਿਐਲਿਟੀ ਆਫ ਪੰਜਾਬੀ ਸਿਨੇਮਾ ਕਿ ਪੇਮੈਂਟਸ ਨਹੀਂ ਕਲੀਅਰ ਹੁੰਦੀਆਂ। ਅਸੀਂ ਫਿਲਮਾਂ ਕਰਦੇ ਹਾਂ, ਅਸੀਂ ਐਜ਼ ਐਕਟਰ ਕਰਦੇ ਹਾਂ, ਪਰ ਸਾਨੂੰ ਬਾਅਦ 'ਚ ਪਤਾ ਲੱਗਦਾ ਸਾਡੇ ਸਿਕਿਉਰਿਟੀ ਡਿਪਾਰਟਮੈਂਟ ਦੀ ਪੇਮੈਂਟ ਨਹੀਂ ਕਲੀਅਰ ਹੋਈ, ਮੇਕਅਪ ਡਿਪਾਰਟਮੈਂਟ ਦੀ ਐ, ਔਰ ਉਹ ਬੰਦੇ ਸਾਡੇ ਨਾਲ, ਉਹਨਾਂ ਦਾ ਘਰ ਸਾਡੇ ਥਰੂ ਚੱਲਦਾ, ਤਾਂ ਸਾਨੂੰ ਬੜਾ ਦੁੱਖ ਹੁੰਦਾ ਕਿ ਯਾਰ ਅਸੀਂ ਕੰਮ ਕਰ ਰਹੇ ਹਾਂ, ਇਹ ਦੁਆਵਾਂ ਕਿੱਥੋਂ ਦੇਣਗੇ ਜਿਨ੍ਹਾਂ ਦੀਆਂ ਪੇਮੈਂਟਸ ਨਹੀਂ ਕਲੀਅਰ ਹੋਈਆਂ। ਇਹ ਬਹੁਤ ਵੱਡੀ ਤ੍ਰਾਸਦੀ ਹੈ। ਪ੍ਰੋਡਿਊਸਰ ਬਣਨ ਦਾ ਇੱਕ ਰੀਜ਼ਨ ਇਹ ਵੀ ਹੈ ਕਿ ਯਾਰ ਪੇਮੈਂਟਾਂ ਹੀ ਨਹੀਂ ਦਿੰਦੇ ਦੂਜੀਆਂ ਫਿਲਮਾਂ ਵਾਲੇ। ਸੋ ਮੈਨੂੰ ਲੇਖ ਦਾ ਇੱਕ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਕਿ ਜਿਹਦੀ ਮੈਨੂੰ ਪੇਮੈਂਟ ਮਿਲੀ ਹੈ ਤਾਂ ਉਹਦੇ 'ਚ ਕੰਮ ਵੀ ਬਹੁਤ ਵਧੀਆ ਕੀਤਾ। ਇਹ ਤਾਂ ਮਜ਼ਾਕ ਦੀ ਗੱਲ ਹੈ, ਬਟ ਹਾਂ ਸਾਡੀਆਂ ਪੇਮੈਂਟਸ ਤੋਂ ਇਲਾਵਾ ਵੀ ਇੱਕ ਪੇਨ ਹੈਗੀ ਹੈ ਕਿ ਅਸੀਂ ਫਿਲਮਾਂ ਕਰਦੇ ਹਾਂ, ਅਸੀਂ ਐਜ਼ ਐਕਟਰ ਕਰਦੇ ਹਾਂ, ਪਰ ਸਾਨੂੰ ਬਾਅਦ 'ਚ ਪਤਾ ਲੱਗਦਾ ਸਾਡੇ ਸਿਕਿਉਰਿਟੀ ਡਿਪਾਰਟਮੈਂਟ ਦੀ ਪੇਮੈਂਟ ਨਹੀਂ ਕਲੀਅਰ ਹੋਈ, ਮੇਕਅਪ ਡਿਪਾਰਟਮੈਂਟ ਦੀ ਐ, ਔਰ ਉਹ ਬੰਦੇ ਸਾਡੇ ਨਾਲ, ਉਹਨਾਂ ਦਾ ਘਰ ਸਾਡੇ ਥਰੂ ਚੱਲਦਾ, ਤਾਂ ਸਾਨੂੰ ਬੜਾ ਦੁੱਖ ਹੁੰਦਾ ਕਿ ਯਾਰ ਅਸੀਂ ਕੰਮ ਕਰ ਰਹੇ ਹਾਂ, ਇਹ ਦੁਆਵਾਂ ਕਿੱਥੋਂ ਦੇਣਗੇ ਜਿਨ੍ਹਾਂ ਦੀਆਂ ਪੇਮੈਂਟਸ ਨਹੀਂ ਕਲੀਅਰ ਹੋਈਆਂ। ਇਹ ਬਹੁਤ ਵੱਡੀ ਤ੍ਰਾਸਦੀ ਹੈ। ਕੋਈ ਪ੍ਰੋਡਿਊਸਰ ਮੇਰੀ ਗੱਲ ਦਾ ਗੁੱਸਾ ਨਾ ਕਰੇ, ਬਟ ਦਿਸ ਇਜ਼ ਦ ਸੈਡੈਸਟ ਰਿਐਲਿਟੀ ਆਫ ਪੰਜਾਬੀ ਸਿਨੇਮਾ ਕਿ ਪੇਮੈਂਟਸ ਨਹੀਂ ਕਲੀਅਰ ਹੁੰਦੀਆਂ। ਮੇਰਾ ਪੇਮੈਂਟ, ਮੇਰਾ ਪ੍ਰੋਡਿਊਸਰ ਬਣਨ ਦਾ ਇੱਕ ਰੀਜ਼ਨ ਇਹ ਵੀ ਸੀ, ਬਟ ਇਸ ਤੋਂ ਬਿਨਾਂ ਰੀਜ਼ਨ ਇਹ ਸੀਗਾ ਕਿ ਮੈਂ ਉਹ ਪ੍ਰੋਸੈਸ ਨੂੰ ਇੰਜੋਏ ਨਹੀਂ ਕੀਤਾ ਹੁਣ ਤੱਕ ਫਿਲਮ ਮੇਕਿੰਗ ਦੇ। ਮਨੀਸ਼ ਭਾਅ ਜੀ ਅਤੇ ਮੈਂ, ਭਾਅ ਜੀ ਨੇ ਕਿਹਾ ਕਿ ਭਾਅ ਜੀ ਫਿਲਮ ਦਾ ਰਿਜ਼ਲਟ ਜੋ ਵੀ ਹੋਏਗਾ ਉਹ ਸਾਡੇ ਹੱਥ 'ਚ ਨਹੀਂ, ਵਾਹਿਗੁਰੂ ਦੇ ਹੱਥ 'ਚ, ਪਰ ਤੁਸੀਂ ਉਹ ਜਰਨੀ ਨੂੰ ਇੰਜੋਏ ਕਰੋਗੇ। ਔਰ ਜਨਰਲੀ ਸੇਇੰਗ ਕਿ 23 ਮਈ ਤੱਕ ਮੇਰੇ ਦਿਮਾਗ 'ਚ ਫਿਲਮ ਸੁਪਰ ਹਿੱਟ ਹੈ, ਔਰ ਮੈਂ ਹਰ ਇੱਕ ਦਿਨ ਸ਼ੂਟ 'ਤੇ ਐਂ ਇੰਜੋਏ ਕੀਤਾ। ਸੱਚੀ ਮੁੱਚੀ ਸਾਡਾ ਦਿਲ ਨਹੀਂ ਸੀ ਕਰਦਾ ਯਾਰ ਅਸੀਂ ਜਾਈਏ ਜਦੋਂ ਸ਼ੂਟ ਖਤਮ ਹੋਇਆ ਨਾ। ਪ੍ਰੋਡਿਊਸਰ ਬਣ ਕੇ ਨਾ ਆਰਟਿਸਟ 8 ਵਜੇ ਦਾ ਕਾਲ ਟਾਈਮ ਹੁੰਦਾ ਤੇ 7 ਵਜੇ ਹੀ ਪਹੁੰਚ ਜਾਂਦੇ, ਇੱਕ ਹੀ ਬੜਾ ਫਾਇਦਾ ਹੁੰਦਾ। ਉਹ ਤੁਸੀਂ ਮੇਰਾ ਕਿਸੇ ਵੀ ਪ੍ਰੋਡਿਊਸਰ ਨੂੰ ਪੁੱਛ ਸਕਦੇ ਹੋ, ਮੈਂ ਟਾਈਮ ਤੇ ਪਹੁੰਚਦਾ, ਮੈਂ ਕਦੀ 5 ਮਿੰਟ ਵੀ ਲੇਟ ਨਹੀਂ ਹੁੰਦਾ, ਮੈਂ ਤਾਂ ਪ੍ਰੋਡਿਊਸਰ ਹੋਵਾਂ ਜਾਂ ਨਾ ਹੋਵਾਂ। ਬਟ ਹਾਂ, ਆਪਣੀ ਫਿਲਮ 'ਚ ਤੁਸੀਂ ਬਾਕੀ ਆਰਟਿਸਟਾਂ ਨੂੰ ਫੋਨ ਕਰਦੇ ਵੀ ਆ ਜਾਓ, ਇਹ ਗੱਲ ਸਾਡੇ। ਹਾਂ, ਸੋ ਮੈਂ ਫਿਲਮ 'ਚ ਕੋਆਰਡੀਨੇਟਰ ਦਾ ਕੰਮ ਵੀ ਕੀਤਾ, ਇਹਨਾਂ ਦੇ ਸਟਾਰ ਕੋਆਰਡੀਨੇਟਰ ਹੁੰਦੇ ਨਾ ਜਿਹੜੇ ਫੋਨ ਕਰਦੇ, ਮੈਮ ਉੱਠ ਜਾਓ, ਚੱਲ ਪੜੋ, ਪਹੁੰਚ ਜਾਓ। ਮੈਂ ਸੋ ਸਵੀਟ ਆਫ